पहले साद भाई ते शाकी भाई दो आएं रेसेन तेरे ते पहले कौन इधर बढ़ गया ना होगा उनके तेरे इशारा वो कोई मसला नहीं यार घबराव ने कि हर अनाल दे मुंह ते स्नो स्प्रे लग सी नमान भाई तक क्या लगता है मुंह से आता होगा तक क्या लगता है इंशाल्लाह केड़ा बिना रोसी उधर बस एक लेस भी तबे सी यार एक गल थोड़ा दे चेंज कर मेरे ख्याल से साहब भाई जेदे साहब भाई उमर इन शाकी भाई पार्टी है इन शाकी भाई अल्लाह और कहता था नहीं राम यार ये इसका वेट थोड़ा सा ज्यादा है उसका भी वेट पूरा है भाईजान शाकी भाईजान ओ हां हो रहा है भाईजान यार इतनी ज्यादा थी मैं जीत गया इधर फिर मारो यार सही लगी यार यार सही तो लग गई उन्होंने दो दी बारी है जमान दी ते मेरी ते शाकी भाई की हार ਇਹ ਹੁਣ ਸਾਰੇ ਯੂਨਾਂਜ ਪਿਆ ਜੀ ਸੀ ਉਹ ਵਾਲੇ ਸਾਹ ਪੈਣਾ ਖੇਡ ਸੀ ਉਹ ਵਾਲੀ ਤਰੀ ਸੀ ਕਿ ਨਾ ਦੇ ਦੇ 3 2 1 ਗੋ 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 ਯੈਸ ਯੈਸ ਇਹ ਵਾਰ ਤੇ ਉਹ ਇਹ ਲੱਗਦਾ ਹੈ ਕਿ ਨਾ ਕਿਉਂਕਿ ਅਜੀ ਪਿੱਛੇ ਹੈ ਪਹਿਲੇ ਉਹਨਾਂ ਟੁੱਟ ਗਿਆ ਤਾਂ ਉਸ ਹਾਂ ਉਹਨੇ ਤੇ ਲੱਗ ਸੀ ਦੇ ਦੇ ਜਿੱਤ ਗਈ ਭਜਾਨ ਜਿੱਤ ਗਈ ਦਿਮਾਗ ਵਿੱਚ ਜਿੱਤ ਗਈ ਹੈ ਦਿਮਾਗ ਵਿੱਚ ਜਿੱਤ ਗਈ ਹੈ ਜਿੱਤ ਗਏ ਜ਼ਮਾਨ ਮੌਲ ਕਯੂਮ ਦੇ ਬਸ ਆਪ ਸਿੱਖ ਗਿਆ ਸੀ ਪ੍ਰੋਗਰਾਮ ਬਸ ਦੀ ਆਤ ਬਸ ਬਸ ਹੁਣ ਸਾਥ ਬੈਠ ਕੇ ਜ਼ਮਾਨ ਭਾਈ ਦੀ ਵਾਰੀ ਹੈ ਇਹਦੇ ਪਹਿਲੇ ਜਿੱਤ ਗਿਆ ਤਾਂ ਹੁਣ ਇਨਾਮ ਦੀ ਵਾਰੀ ਇਹਨਾਂ ਦਵਾ ਚੁੱਕੇ ਅੱਜ ਸੀ ਇਹਨਾਂ ਦਾ ਪਲੇ ਕਿਹੜਾ ਹਰ ਸੀ ਬਸ ਲੈ ਉਹਦੇ ਵਾਸ ਸਨੋ ਸਪਰੇ ਬਾਹਰ ਇੱਕ ਸਾਥ ਵਿੱਚ ਜਿੱਤੇ ਉਹਨੇ ਉੱਕੇ ਪਿੱਛੇ ਲੈ ਜਾ ਜਿੱਤੇ ਜਦੋਂ ਉਹਨੇ ਤਾਂ ਫੈਨ ਹੋ ਜਿੱਦਰ ਪੈ ਨਾ ਫੈਨ ਉਸ ਕੇ ਲਈ ਆਪਕੋ ਜੂਸ ਵਾਲਾ ਪਾਣੀ ਦਿਆ ਜਾਏ ਚੱਲ ਬਈ ਜੂਸ ਵਾਲਾ ਪਾਣੀ ਪੀ ਲਓ ਤੁਸੀਂ ਸਟਾਰਟ ਕਰੋ ਜੀ ਜੀ ਸਟਾਰਟ ਹੈ ਚਲੋ ਗੋ ਬਾਬਾ ਜੀ ਲੱਗਦਾ ਹੈ ਮੁਕਾਬਲਾ ਬਹੁਤ ਸਖਤ ਹੈ ਬਹੁਤ ਸਖਤ ਹੈ ਜ਼ਮਾਨ ਭਾਈ ਦਾ ਬਸ ਚਿਸ਼ੂ ਟੁੱਟਣੇ ਵਾਲਾ ਹੈ ਲਾਸਟ ਦੋਨੋਂ ਭਾਈ ਵਰਸ ਚਿਸ਼ੂ ਟੁੱਟਣੇ ਵਾਲਾ ਹੈ ਦੇਖਦੇ ਹਾਂ ਪਹਿਲੇ ਕਿਸ ਦਾ ਟੁੱਟਦਾ ਹੈ ਲੱਗਦਾ ਜ਼ਮਾਨ ਭਾਈ ਕੋਲ ਬਸ ਐਂਟਰੀ ਹੋ ਗਿਆ ਔਰ ਦੇਖਦੇ ਹਾਂ ਸਾਹ ਭਾਈ ਨੂੰ ਗ੍ਰਾਸ ਕਰਤੇ ਤਾਂ ਠੀਕ ਹੈ ਨਹੀਂ ਕਰਦਾ ਤਾਂ ਮੂੰਹ ਪੇ ਸਨੋ ਸਪਰੇ ਦੋਨੋਂ ਵਿੱਚ ਕਿਸੇ ਕੀ ਵੀ ਜਾ ਸਕਦੀ ਹੈ ਪਹਿਲੇ ਹਮ ਮਾਰੇ ਮੂੰਹ ਪੇ वीडियो अच्छी लगी तो चैनल सब्सक्राइब जरूर करना शेयर लाइक अच्छे से कमेंट करना ओके बाय लव यू टू थ्री फोर फाइव सिक्स